ਹੈਲੋ ਟੀਚਰਸ ਤੁਹਾਡੇ ਆਪਣੇ YouTube ਚੈਨਲ ਦਾ ਨੇਸ਼ਨ ਮਿਡਲ ਟੀਚਰ ਉਤੇ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਚੰਦਰਪਾਨ ਦਫਤਰ ਡਾਇਰੈਕਟਰ ਸਿੱਖਿਆਪਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਇੱਕ ਪਬਲਿਕ ਨੋਟਿਸ ਦੇਰ ਰਾਤ ਨੂੰ ਜਿਹੜਾ ਹੈ ਜਾਰੀ ਕੀਤਾ ਗਿਆ ਹੈ ਜੀ ETT 5994 ਪਰਤੀ ਨੂੰ ਲੈ ਕੇ 16 8 2024 ਨੂੰ ਪਬਲਿਕ ਨੋਟਿਸ ਦੇ ਵਿੱਚ ਕੀ ਹੈ ਜੀ ਮੈਂ Telegram ਗਰੁੱਪ ਦੇ ਵਿੱਚ ਵੀ ਇਹ ਜਦੋਂ ਹੀ ਆਇਆ ਸੀ ਉਦੋਂ ਸ਼ੇਅਰ ਕਰ ਦਿੱਤਾ ਸੀ ਪਬਲਿਕ ਨੋਟਿਸ ਦੇ ਵਿੱਚ ਈਟीडी ਜੇਡ ਕੈਂਡੀਡੇਟ ਹੈ ਜੀ ਉਹਨਾਂ ਦੇ ਲਈ ਮੋਸਟ ਇੰਪੋਰਟੈਂਟ ਹੈ ਜੇਕਰ ਤੁਸੀਂ ਇਹ ਚੈਨਲ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਇਸ ਤੋਂ ਇਲਾਵਾ ਈਟਟੀ 9494 ਭਰਤੀ ਨੂੰ ਲੈ ਕੇ ਜੋ ਵੀ ਅਪਡੇਟ ਹੋਏਗੀ ਜੀ ਉਹ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝੀ ਕਰ ਦਿੱਤੀ ਜਾਏਗੀ ਈਟਟੀ 9494 ਦਾ ਜਿਹੜਾ ਪ੍ਰੋਸੈਸ ਹੈ ਜੀ ਉਹ ਚੱਲ ਰਿਹਾ ਹੈ ਕਿਉਂਕਿ ਡਿਪਾਰਟਮੈਂਟ ਦੇ ਵੱਲੋਂ ਦੋ ਪਬਲਿਕ ਨੋਟਿਸ ਜਾਰੀ ਕੀਤੇ ਗਏ ਜੀ ਉਸ ਤੋਂ ਬਾਅਦ ਰਿਜ਼ਲਟ ਵੀ ਜਾਰੀ ਕੀਤਾ ਗਿਆ ਹੈ ਤੇ ਆਪਾਂ ਇਸ ਦੇ ਵਿੱਚ ਵੇਖਦੇ ਹਾਂ ਜੀ ਸਕੂਲ ਸਿੱਖਿਆ ਵਿਭਾਗ ਹਦੀਨ 8894 ਕੈਡਰ ਦੀਆਂ ਪੋਸਟਾਂ ਦਾ ਵਿਗਿਆਪਨ ਮਿਤੀ 12 10 2022 ਨੂੰ ਲਗਭਗ 2 ਸਾਲ ਹੋ ਜਾਣਗੇ ਜੀ ਦਿੱਤਾ ਗਿਆ ਸੀ ਸਿਵਲ ਰੀਟ ਪਟੀਸ਼ਨ 6819 ਆਫ 2023 ਪ੍ਰਵਿੰਦਰ ਪ੍ਰਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਦੇ ਕੇਸ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮ ਮਿਤੀ 30 4 2024 ਅਨੁਸਾਰ 8894 ਪ੍ਰਤੀ ਦਾ ਪੇਪਰ A ਦੁਬਾਰਾ ਮਿਤੀ 28 7 2024 ਨੂੰ ਲਿਆ ਗਿਆ ਸੀ जिस ਦਾ रिजल्ट मिति 15 8 2024 ਨੂੰ ਘੋਸ਼ਿਤ ਕੀਤਾ ਗਿਆ ਸੀ रिजल्ट ਘੋਸ਼ਿਤ ਹੋਣ ਉਪਰੰਤ ਨਵੇਂ ਉਮੀਦਵਾਰ ਪੇਪਰ 1 ਵਿੱਚੋਂ ਕੁਆਲੀਫਾਈ ਕਰ ਗਏ ਹਨ ਜਿਸ ਦੇ ਨਤੀਜੇ ਵਜੋਂ ਪੇਪਰ 2 ਦੀ ਕੈਟਾਗਰੀ ਵਾਈਜ਼ ਕੀਤੀ ਗਈ ਸਕਰੂਟੀ ਦੀ ਕੱਟ ਆਫ ਵਿੱਚ ਆ ਗਏ ਹਨ ਇਸ ਸਥਿਤੀ ਦੇ ਮੱਧਿਆਨਜ਼ਰ ਇਸ ਪਬਲਿਕ ਨੋਟਿਸ ਨਾਲ ਦਰਸਾਈ ਕੈਟਾਗਰੀ ਵਾਈਜ਼ ਕਟ-ਆਫ ਪੇਪਰ 2 ਵਿੱਚ ਆਉਣ ਵਾਲੇ ਉਕਤ ਸਾਰੇ ਦਰਸਾਏ ਗਏ ਨਵੇਂ ਕੁਆਲੀਫਾਈਂਗ ਅਤੇ ਉਮੀਦਵਾਰ ਕਿ ਕੁਆਲੀਫਾਈ ਕੀਤੇ ਉਮੀਦਵਾਰ ਪੇਪਰ ਇੱਕ ਰੀਕੰਡਕਟ ਨੂੰ 22/8/2024 ਦਿਨ ਵੀਰਵਾਰ ਨੂੰ ਸਵੇਰੇ ਸਮਾਂ 10 ਵਜੇ ਤੋਂ 4 ਵਜੇ ਤੱਕ ਦਫਤਰ ਸਿੱਖਿਆ ਪ੍ਰਤੀ ਡਾਇਰੈਕਟਰੇ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ ਐਸਐਸ ਨਗਰ ਵਿਖੇ ਯਾਨੀ ਮੁਹੱਲੀ ਜਿਹੜਾ ਆਪਣਾ ਪਹਿਲਾਂ ਡੀਵੀ ਹੋਈ ਹੈ ਜੀ ਉੱਥੇ ਹੀ ਬੁਲਾਇਆ ਗਿਆ ਹੈ ਉਮੀਦਵਾਰ ਇਸ ਪਬਲਿਕ ਨੋਟਿਸ ਨਾਲ ਨਤੀ ਪਰਫਾਰਮਾ ਭਰ ਕੇ ਇਸ ਦਫਤਰ ਵਿਖੇ ਇਸ ਮਿਤੀ ਨੂੰ ਜਮ੍ਹਾਂ ਕਰਵਾਉਣਗੇ ਯਕੀਨੀ ਬਣਾਇਆ ਜਾਵੇ ਜੀ ਠੀਕ ਹੈ ਇਸ ਤੋਂ ਇਲਾਵਾ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਜਿਨ੍ਹਾਂ ਜਿਨ੍ਹਾਂ ਕੈਂਡੀਡੇਟ ਆਲਰੇਡੀ ਪਹਿਲਾਂ ਸਟੂਡਿ ਨਹੀਂ ਕਰਵਾ ਚੁੱਕੇ ਨੇ ਉਹਨਾਂ ਨੂੰ ਜਾਣ ਦੀ ਜ਼ਰੂਰਤ ਨਹੀਂ ਹੈ ਹੁਣ ਜਿਹੜੇ ਕੈਂਡੀਡੇਟ ਪਹਿਲਾਂ ਪੰਜਾਬੀ ਪੇਪਰ ਦੇ ਵਿੱਚ ਫੇਲ ਸੀ ਪਰ ਪੇਪਰ 2 ਦੇ ਵਿੱਚ ਉਹਨਾਂ ਦੇ ਮਾਰਕਸ ਜ਼ਿਆਦਾ ਸੀ ਉਹਨਾਂ ਜੇਕਰ ਪੇਪਰ ਪਾਸ ਕਰ ਲਿਆ ਹੈ ਤਾਂ ਉਹ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਜਾ ਕੇ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਡੀਵੀ ਕਰਵਾ ਕੇ ਆਉਣੀ ਹੈ ਜੀ ਆ ਜਿਹੜੀ ਡੀਵੀ ਦੀ ਤਰੀਕ ਇਹਨਾਂ ਨੇ ਕਹੀ ਹੈ ਜੀ 22 8 2024 ਵੀਰਵਾਰ ਨੂੰ 10 ਵਜੇ ਤੋਂ ਸਟਾਰਟ ਹੋਏਗਾ ਜੀ ਇਸ ਤੋਂ ਇਲਾਵਾ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਸਾਰੇ ਕੈਂਡੀਡੇਟ ਜਿਨ੍ਹਾਂ ਦਾ ਵੀ ਨਾ ਆਇਆ ਉਹ ਸਾਰੇ ਕੈਂਡੀਡੇਟ ਪਲੀਜ਼ ਉੱਥੇ ਐਬਸੈਂਟ ਨਾ ਹੋਇਓ ਉਹ ਇੱਕੋ ਇੱਕੋ ਦਿਨ ਦੇ ਵਿੱਚ ਸਾਰੇ ਪਹੁੰਚ ਜਾਈਓ ਜੀ ਜੇਕਰ ਕੋਈ ਕੈਂਡੀਡੇਟ ਇਸ ਪੋਸਟ ਨੂੰ ਜੁਆਇਨ ਨਹੀਂ ਕਰਨਾ ਚਾਹੁੰਦਾ ਅਲੱਗ ਡਿਪਾਰਟਮੈਂਟ ਦੇ ਵਿੱਚ ਚਲਾ ਗਿਆ ਹੈ ਜਾਂ ਛਾੜ ਵਾਲਾ ਹੈ ਜਾਂ 23 ਚੋੜ ਦੇ ਵਿੱਚ ਉਸ ਦੀ ਸਿਲੈਕਸ਼ਨ ਹੋ ਰਹੀ ਹੈ ਕਿਉਂਕਿ 23 ਚੋੜ ਦਾ ਪ੍ਰੋਸੈਸ ਚੱਲ ਰਿਹਾ ਹੈ ਜੀ ਤਾਂ ਜੇਕਰ ਉਹ ਜੁਆਇਨ ਨਹੀਂ ਕਰਨਾ ਚਾਹੁੰਦਾ ਤਾਂ ਉਹ ਉੱਥੇ ਜਾ ਕੇ ਐਪਲੀਕੇਸ਼ਨ ਦੇ ਕੇ ਆ ਸਕਦਾ ਹੈ ਕਿ ਮੈਂ 88294 ਦਾ ਕੈਂਡੀਡੇਟ ਇਸ ਪੋਸਟ ਦੇ ਲਈ ਮੈਂ ਇਹ ਇੱਥੇ ਜੁਆਇਨ ਨਹੀਂ ਕਰਨਾ ਚਾਹੁੰਦਾ ਤਾਂ ਇਸ ਦੇ ਨਾਲ ਆਪਣਾ ਸਮਾਂ ਬਚੇਗਾ ਤੇ ਪ੍ਰਤੀ ਹੈ ਜਿਹੜੀ ਬਹੁਤ ਹੀ ਜਲਦ ਕੰਪਲੀਟ ਹੋ ਜਾਏਗੀ ਠੀਕ ਹੈ ਜੀ ਨਹੀਂ ਤਾਂ ਇਸ ਤੋਂ ਬਾਅਦ ਫਿਰ ਰੈਪਰੈਜ਼ੈਂਟ ਕੈਂਡੀਡੇਟ ਦੀ ਲਿਸਟ ਆਏਗੀ ਫਿਰ ਉਸ ਤੋਂ ਬਾਅਦ ਫਿਰ ਅੱਗੇ ਦਾ ਪ੍ਰੋਸੈਸ ਜਿਹੜਾ ਹੋਏਗਾ ਜਿਸ ਦੇ ਕਾਰਨ ਕਿਤੇ ਨਾ ਕਿਤੇ 2 ਤੋਂ 3 ਦਿਨ ਦਾ ਜਿਹੜਾ ਸਮਾਂ ਉਹ ਖਰਾਬ ਹੋ ਜਾਏਗਾ ਹੁਣ ਜੀ ਮੈਰਿਟ ਦੀ ਗੱਲ ਕਰ ਲੈਂਦੇ ਹਾਂ ਮੈਰਿਟ ਆਲਰੇਡੀ ਜਿੰਨੀ ਸੀ ਉੰਨੀ ਹੀ ਕੱਟਆਫ ਜਿਹੜੀ ਹੈ ਉਹ ਦੁਬਾਰਾ ਇਹਨਾਂ ਨੇ ਕਾਲਡ ਆਊਟ ਕੀਤੀ ਹੋਈ ਹੈ ਠੀਕ ਹੈ ਜੀ ਕਾਲਡ ਆਊਟ ਕੱਟਆਫ ਕਿੰਨੀ ਹੈ ਜੀ ਓਪਨ ਕੈਟਾਗਰੀ ਦੀ 124 ਤੱਕ ਜਿਹੜੇ ਕੈਂਡੀਡੇਟ ਬੁਲਾਏ ਨੇ ਠੀਕ ਹੈ ਜੀ ਯਾਨੀ 124 ਤੱਕ ਜਿੰਨਾ ਬੱਚਿਆਂ ਦੇ ਵੀ ਨੰਬਰ ਨੇ ਉਹ ਜਨਰਲ ਕੈਟਾਗਰੀ ਦੇ ਵਿੱਚ ਆਪਣੀ ਜਿਹੜੀ ਹੈ ਓਪਨ ਕੈਟਾਗਰੀ ਦੇ ਵਿੱਚ ਕਾਉਂਸਲਿੰਗ ਕਰਵਾ ਲੈਣਗੇ ਡੇਟ ਇੱਕੋ ਹੀ ਹੈ ਜੀ ਸਾਰਿਆਂ ਦੀ ਇੱਕੋ ਹੀ ਡੇਟ ਨੂੰ ਸਾਰਿਆਂ ਨੇ ਪਹੁੰਚਣਾ ਹੈ ਇਸ ਤੋਂ ਬਾਅਦ ਈਡਬਲਯੂਐਸ 122 ਤੋਂ ਲੈ ਕੇ 116 ਨੰਬਰ ਤੱਕ ਹੈ ਜੀ ਉਸ ਤੋਂ ਬਾਅਦ ਫਿਰ ਹੈ ਜੀ ਐਸਸੀ ਆਰਓ 122 ਤੋਂ 114 ਅੰਕ ਤੱਕ ਬੀਸੀ ਦੀ 122 ਤੋਂ 116 ਅੰਕ ਤੱਕ ਫਿਜ਼ੀਕਲ ਹੈਂਡੀਕੈਪ ਔਰਥੋ ਦੀ 122 ਤੋਂ 100 ਅੰਕ ਤੱਕ एससी एम बी एक सौ तो कट सारे उम्मीदवार इसी तरीके जनरल एक्स सर्विसमैन जनरल स्पोर्ट्स एससी एम बी एस सी आर ओ एक सौ चौबीस तो सारे उम्मीदवार बुलाए ने ठीक है जी एस सी आर ओ एस एक्स सर्विसमैन बी सी एक्स सर्विसमैन फिजिकल विजुअल जड़े ने फिजिकल हीरिंग ने या फिजिकल ਆਈਡੀ ਨੇ ਜਾਂ ਫਰੀडम फाइਟਰ ਨੇ 124 ਤੋਂ 81 ਸਾਰੇ ਉਮੀਦਵਾਰ ਹੈ ਜਿਹੜੇ ਉਹ ਬੁਲਾਏ ਗਏ ਨੇ ਇਸ ਤੋਂ ਇਲਾਵਾ ਤੁਸੀਂ 셀ਫ ਡਿਕਲਰੇਸ਼ਨ ਤੇ ਜਿਹੜਾ ਪਰਫਾਰਮਾ ਹੈ ਜੀ ਪੜਤਾਲ ਪਰਫਾਰਮਾ ਉਹ ਤੁਸੀਂ ਕਿਵੇਂ ਫਿਲ ਕਰ ਸਕਦੇ ਹੋ ਇਸ ਦਾ ਵੀਡੀਓ ਮੈਂ ਆਲਰੇਡੀ ਅਪਲੋਡ ਕੀਤਾ ਹੈ ਤੁਸੀਂ ਇਸੇ ਚੈਨਲ ਉੱਪਰ ਜਾ ਕੇ ਵੇਖ ਸਕਦੇ ਹੋ ਉਹਨਾਂ ਦੋਨਾਂ ਦੀ ਪੀਡੀਐਫ ਹੈ ਜਿਹੜੀ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਦਾ ਨੇਸ਼ਨ ਬਿਲਡਰ ਟੀਚਰ ਤੇデア ਆਪਣਾ ਜਿਹੜਾ ਗਰੁੱਪ ਹੈ ਦੀ ਉਸ ਦੇ ਵਿੱਚ ਮੈਂ ਸ਼ੇਅਰ ਕਰ ਚੁੱਕਿਆ ਤਾਂ ਤੁਸੀਂ ਉੱਥੋਂ ਡਾਊਨਲੋਡ ਕਰਕੇ ਉਹਨਾਂ ਦੀ ਜਿਹੜੀ ਫਾਈਲ ਬਣਾ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਜੀ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਨੇ ਓਲਰੈਡੀ ਮੈਂ ਸਾਰੀ ਇਸ ਤੇ ਵੀਡੀਓ ਬਣਾਈ ਹੋਈ ਹੈ ਤੁਸੀਂ ਜਾ ਕੇ ਇਸ YouTube ਚੈਨਲ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਏਗਾ ਜ ਜ ਤੁਹਾਨੂੰ ਲਿੰਕ ਤੇ ਪਲੇਲਿਸਟ ਵੀ ਬਣੀ ਹੋਈ ਹੈ ਠੀਕ ਹੈ ਤਾਂ ਮੈਂ ਫੇਰ ਤੁਹਾਨੂੰ ਕਹਿਣਾ ਚਾਹੁੰਦਾ ਜੀ ਹਾਂ ਇੱਕ ਗੱਲ ਹੋਰ ਹੈ ਜੀ ETTU 94 ਦੇ ਕਈ ਬੱਚਿਆਂ ਦੀ ਜਿਹੜੀ ਕੈਟਾਗਰੀ ਨੂੰ ਲੈ ਕੇ ਇਸ਼ੂ ਆ ਰਹੇ ਨੇ ਕਿਸੇ ਨੇ ਜਿਸ ਤਰੀਕੇ ਦੇ ਨਾਲ EWS ਜਨਰਲ ਕੈਟਾਗਰੀ ਦੇ ਜਿਵੇਂ ਫੋਮ ਫਿਲ ਕੀਤਾ ਸੀਗਾ ਤਾਂ ਉਹਨਾਂ ਦੀ ਕੇਵਲ ਜਨਰਲ ਦੇ ਵਿੱਚ ਇਸ਼ੂ ਮਤਲਬ ਰਿਜ਼ਲਟ ਸ਼ੋ ਕਰ ਰਿਹਾ ਜੀ ਪੰਜਾਬੀ ਵਾਲਾਂ ਤੇ ਇਸੇ ਤਰੀਕੇ ਦੇ ਨਾਲ ਕਈ ਕੈਂਡੀਡੇਟ ਜਿਨ੍ਹਾਂ ਨੇ ਐਸਸੀ ਜਾਂ ਬੀਸੀ ਦੇ ਸੀਗਾ ਉਹਨਾਂ ਨੇ ਜਨਰਲ ਦੇ ਵਿੱਚ ਵੀ ਅਪਲਾਈ ਕੀਤਾ ਸੀ ਉਹਨਾਂ ਦਾ ਕਈ ਬੱਚਿਆਂ ਦਾ ਰਿਜ਼ਲਟ ਜਿਹੜਾ ਹੈ ਜਨਰਲ ਦੇ ਵਿੱਚ ਸ਼ੋ ਕਰ ਰਿਹਾ ਤਾਂ ਇਸ ਦੇ ਨਾਲ ਡਿਪਾਰਟਮੈਂਟ ਦੇ ਨਾਲ ਰਾਬਤਾ ਵੀ ਕੀਤਾ ਗਿਆ ਜੀ ਡਿਪਾਰਟਮੈਂਟ ਇਸ ਤੇ ਕੰਮ ਵੀ ਕਰ ਰਿਹਾ ਹੈ ਜੇਕਰ ਫੇਰ ਵੀ ਤੁਹਾਡਾ ਹੱਲ ਨਹੀਂ ਹੁੰਦਾ ਤਾਂ ਤੁਸੀਂ ਮੰਡੇ ਜਾ ਕੇ ਆਪਣੀ ਐਪਲੀਕੇਸ਼ਨ ਦੇ ਕੇ ਇਸ ਨੂੰ ਵੀ ਤੁਸੀਂ ਸੋਲਵ ਕਰਵਾ ਸਕਦੇ ਹੋ ਵੀਡੀਓ ਕਿਦਾਂ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਲਾਈਕ ਕਰ ਦੇਣਾ ਤੇ ਸ਼ੇਅਰ ਕਰ ਦੇਣਾ ਜੀ ਮਿਲਦਿਆਂ ਫੇਰ ਕਿਸੇ ਇਨਫੋਰਮੇਟਿਵ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ